ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਹੀਰਾ ਘਤਦਾ ਆ ਰਿਹਾ। ਜਿਵੇਂ ਜਿਵੇਂ ਗੁਰੂ ਸਾਹਿਬ ਦੇ ਆਗਮਨ ਪੁਰਬ ਦੀਆਂ ਘੜੀਆਂ ਨੇੜੇ ਆ ਰਹੀਆਂ ਨੇ, ਉਵੇਂ ਉਵੇਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵੀ ਰੂਹਾਨੀ ਹੋ ਰਹੀਆਂ ਨੇ। ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰੂ ਸਾਹਿਬ ਦੇ 550ਵੇਂ ਪੁਰਬ ਲਈ ਵੱਖੋ ਵੱਖ ਗਤੀਵਿਧੀਆਂ ਆਰੰਭੀਆਂ ਗਈਆਂ ਨੇ। ਇਸ ਮੌਕੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਥੀਮ ਸ਼ਬਦ ਰਿਲੀਜ਼ ਕੀਤਾ ਗਿਆ, ਜੋ ਕਿ ਇਸ ਪਵਿੱਤਰ ਪੁਰਬ ਦੇ ਮੱਦੇਨਜ਼ਰ ਹੋਣ ਵਾਲੇ ਨਗਰ ਕੀਰਤਨਾਂ ਦੀ ਗੂੰਜ ਬਣੇਗਾ। ਇਸ ਸ਼ਬਦ ਨੂੰ ਆਵਾਜ਼ ਬਾਲੀਵੁੱਡ ਸਿੰਗਰ ਸੁਖਵਿੰਦਰ ਨੇ ਦਿੱਤੀ ਹੈ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾਂ ਵੇਲੇ ਹੋਣ ਵਾਲੇ ਨਗਰ ਕੀਰਤਨਾਂ 'ਚ ਥੀਮ ਸ਼ਬਦ 300 ਸਾਲ ਗੁਰੂ ਦੇ ਨਾਲ ਸੰਗਤਾਂ ਦੇ ਮਨ ਅੰਦਰ ਗੁਰੂ ਪ੍ਰੇਮ ਦੀ ਧਾਨ ਛੇੜਦਾ ਸੀ। ਦੱਸ ਦਈਏ ਕਿ 550 ਸਾਲਾਂ ਪੁਰਬ ਨੂੰ ਸਮਰਪਿਤ 12 ਨਵੰਬਰ ਨੂੰ ਵਿਸ਼ੇਸ਼ ਸਮਾਗਮ ਹੋਏਗਾ ਤੇ 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਇੱਕ ਨਗਰ ਕੀਰਤਨ ਰਵਾਨਾ ਹੋਏਗਾ, ਜੋ ਕਿ 16 ਸੂਬਿਆਂ 'ਚੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਆ ਕੇ ਸੰਪੰਨ ਹੋਏਗਾ। ਪੂਰੇ ਪੈਂਡੇ 'ਚ ਕੱਲ ਤਾਰਨ ਗੁਰੂ ਨਾਨਕ ਆਇਆ ਥੀਮ ਸ਼ਬਦ ਸੰਗਤਾਂ ਨੂੰ ਰੂਹਾਨੀ ਲੈਅ ਨਾਲ ਜੋੜੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ, 100 ਸਾਲਾ ਪ੍ਰਕਾਸ਼ ਗੁਰਪੁਰਬ ਜਿਹੜਾ ਉਸ ਮਹਾਨ ਧਰਤੀ ਸੁਲਤਾਨਪੁਰ ਲੋਧੀ ਦੀ ਉਹ ਮਹਾਨ ਧਰਤੀ ਜਿੱਥੇ ਗੁਰੂ ਸਾਹਿਬ ਨੇ ਕਾਫੀ ਸਮਾਂ ਆਪਣਾ ਜੀਵਨ ਦਾ ਗੁਜ਼ਾਰਿਆ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ, ਜਿੱਥੇ ਮੇਨ ਜਿਹੜਾ ਪ੍ਰੋਗਰਾਮ ਹੋਣਾ ਉਹ 12 ਨਵੰਬਰ ਨੂੰ ਸੁਲਤਾਨਪੁਰ ਦੀ ਮਹਾਨ ਧਰਤੀ ਦੇ ਉੱਤੇ ਸਾਰਾ ਉਹ ਵੱਡਾ ਜਿਹੜਾ ਵਿਸ਼ਾਲ ਗੁਰਮਤਿ ਸਮਾਗਮ ਉੱਥੇ ਕੀਤਾ ਜਾਣਾ, ਔਰ ਉਸਦੇ ਤਹਿਤ ਹੀ ਵੱਖ ਵੱਖ ਜਿਵੇਂ ਗੁਰਮਤਿ ਸਮਾਗਮ ਹੋ ਰਹੇ ਨੇ, ਔਰ ਜੋ ਇਹ ਅੰਤਰਰਾਸ਼ਟਰੀ ਪੱਧਰੀ ਨਗਰ ਕੀਰਤਨ ਜਿਹੜਾ ਹੈ ਉਹਦਾ ਪ੍ਰੋਗਰਾਮ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੀਆਂ ਸਮੁੱਚੀ ਸੰਗਤਾਂ ਦੇ ਸਹਿਯੋਗ ਦੇ ਨਾਲ। ਉਹ ਜਿਸ ਤਰ੍ਹਾਂ ਡਾਕਟਰ ਰੂਪ ਸਿੰਘ ਹੋਰਾਂ ਨੇ ਦੱਸਿਆ ਉਸ ਪ੍ਰੋਗਰਾਮ ਦੇ ਬਾਰੇ, ਉਹ 1 ਅਗਸਤ ਨੂੰ ਉਹ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸ੍ਰੀ ਨਨਕਾਣਾ ਸਾਹਿਬ, ਉੱਥੋਂ ਪ੍ਰਾਰੰਭ ਹੋਏਗਾ ਉਹ ਨਗਰ ਕੀਰਤਨ, ਔਰ ਜਿਹੜਾ ਵਾਹਗਾ ਬਾਰਡਰ 'ਤੇ ਪਹੁੰਚੇਗਾ ਉੱਥੇ ਬਹੁਤ ਵੱਡਾ ਵਿਸ਼ਾਲ ਸਵਾਗਤ ਜਿਹੜਾ ਸਾਰੀਆਂ ਸਿੱਖ ਸੰਗਤਾਂ ਵੱਲੋਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਉਹਦਾ ਕੀਤਾ ਜਾਣਾ। ਸੋ ਉਸਦੇ ਤਹਿਤ ਹੀ ਅੱਜ ਜੋ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਕੱਲ ਤਾਰਨ ਗੁਰੂ ਨਾਨਕ ਆਇਆ, ਇਹ ਸਲੋਗਨ ਜਿਹੜਾ ਹੈ ਇਹ ਉਸ ਨਗਰ ਕੀਰਤਨ ਦੇ ਵਿੱਚ ਜਿੱਥੇ ਸਾਡੇ ਪ੍ਰਸਿੱਧ ਰਾਗੀ ਸਿੰਘ ਕੀਰਤਨ ਕਰਨਗੇ ਉੱਥੇ ਇਹ ਸਲੋਗਨ ਜਿਹੜਾ ਹੈ ਸ਼ਬਦ ਜਿਹੜਾ ਹੈ ਇਹ ਵੀ ਸਾਡੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਜੀ, ਸੋ ਉਹਨਾਂ ਵੱਲੋਂ ਇਹ ਸ਼ਬਦ ਜਿਹੜਾ ਗਾਇਆ ਗਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਆਪਣਾ ਹਿੱਸਾ ਜਿਹੜਾ ਹੈ ਇਹ ਪ੍ਰਕਾਸ਼ ਪੁਰਬ ਦੇ ਵਿੱਚ ਆਪਣੇ ਗਾਇਕ ਰਾਹੀਂ ਜਿਹੜਾ ਪਾਇਆ, ਪ੍ਰਸਿੱਧ ਗਾਇਕ ਨੇ। ਸੋ ਬਹੁਤ ਸੋਹਣਾ ਸ਼ਬਦ ਜਿਹੜਾ ਇਹਨਾਂ ਨੇ ਆਪਣੀ ਇੰਨੀ ਮਧੁਰ ਆਵਾਜ਼ ਦੇ ਵਿੱਚ ਇਹ ਗਾਇਨ ਕੀਤਾ ਹੈ, ਅਤੇ ਮੈਂ ਸਮਝਦਾ ਕਿ ਇਹ ਸਾਰਾ ਸ਼ਬਦ ਇਸ ਨਗਰ ਕੀਰਤਨ ਦੇ ਵਿੱਚ ਗਾਇਆ ਜਾਵੇਗਾ। ਦੂਜੇ ਪਾਸੇ ਇਸ ਥੀਮ ਸ਼ਬਦ ਨੂੰ ਆਪਣੀ ਆਵਾਜ਼ ਦੇਣ ਵਾਲੇ ਬਾਲੀਵੁੱਡ ਸਿੰਗਰ ਸੁਖਵਿੰਦਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਹ 9 ਸਾਲ ਦੇ ਸਨ ਤਾਂ ਉਹਨਾਂ ਨੇ ਗੁਰਦੁਆਰਾ ਮੰਜੀ ਸਾਹਿਬ 'ਚ ਇਸ ਸ਼ਬਦ ਦਾ ਗਾਇਨ ਕੀਤਾ ਸੀ। ਬੂਟ ਬਾਟ ਵੀ ਪਾਏ ਸਿਰ ਵੀ ਨੰਗੇ ਆ, ਠੀਕ ਹੈ, ਅਤੇ ਉਹ
ਅਸੀਂ ਆਪਣਾ ਆਡੀਓ ਸਾਰਿਆਂ ਨੂੰ ਦੇਵਾਂਗੇ, ਸਾਰੇ ਜਣੇ ਸੁਣ ਲੈਣਗੇ। ਇੱਕ ਬੜੀ ਹੀ ਅੱਛੀ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ 9 ਸਾਲ ਦੀ ਉਮਰ 'ਚ ਮੈਂ ਇੱਥੇ ਮੰਜੀ ਸਾਹਿਬ, ਸ਼੍ਰੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ, ਇਹੀ ਸ਼ਬਦ ਪਹਿਲੇ ਮੌਕੇ 'ਤੇ ਸਟੇਜ 'ਤੇ ਮੈਨੂੰ ਇਹ ਅਪੋਰਚੁਨਿਟੀ ਪ੍ਰਵਾਨ ਹੋਈ ਸੀ। ਔਰ ਮੈਂ ਇਹੀ ਸ਼ਬਦ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਉਦੋਂ ਮੇਰੇ ਬੜੇ ਹੀ ਬਹੁਤ, ਅਸੀਂ ਜਦੋਂ ਸਕੂਲ ਤੋਂ ਆਏ ਇੱਥੇ ਹੀ ਇਸ਼ਨਾਨ ਕੀਤਾ, ਇੱਥੇ ਹੀ ਬੜੇ ਸੋਹਣੇ ਤਰੀਕੇ 'ਤੇ ਬੜੇ ਸੱਜਰੇ ਮਨ ਨਾਲ ਮੇਰੇ ਦਸਤਾਰ ਸਾਹਿਬ ਬਣੀ ਗਈ। ਔਰ ਫਿਰ ਬਾਅਦ ਮੈਨੂੰ ਇੱਥੇ 9 ਸਾਲ ਦੀ ਉਮਰ 'ਚ ਤੀਰ ਕਮਾਨ ਵੀ ਭੇਟ ਹੋਇਆ ਸੀ। ਇਹੋ ਹੀ ਸ਼ਬਦ ਗਾਇਆ ਸੀ, ਉਹ ਬਾਬਾ ਜੀ ਦੇ ਜਨਮ ਦਿਹਾੜੇ 'ਤੇ ਹੀ ਗਾਇਆ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ। ਉਸ ਤੋਂ ਬਾਅਦ ਹੌਲੀ ਹੌਲੀ ਮੈਂ ਇਹਦੇ ਸੰਗੀਤ ਦੇ ਗਿਆਨ ਬਾਰੇ ਗੁਰੂਆਂ ਨਾਲ ਸਿੱਖਣਾ ਸ਼ੁਰੂ ਕੀਤਾ। ਫਿਰ ਮੈਨੂੰ ਪਹਿਲੇ ਮੌਕੇ ਜਦੋਂ ਪਤਾ ਲੱਗਿਆ ਕਿ ਇਸ ਪੂਰੇ ਯੂਨੀਵਰਸ ਦਾ, ਇਸ ਪੂਰੇ ਬ੍ਰਹਿਮੰਡ ਦਾ ਇਕੱਲਾ ਇੱਕ ਗ੍ਰੰਥ ਹੈ ਜਿਹੜਾ ਰਾਗਾਂ 'ਤੇ ਆਧਾਰਿਤ ਹੈ, ਐਂਡ ਦੈਟ ਇਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਹ ਇੱਕੋ ਹੀ ਇੱਕ ਗ੍ਰੰਥ ਨੇ ਜਿਹੜੇ, ਜਿਨ੍ਹਾਂ ਦੇ ਕਈ ਸ਼ਬਦ ਰਾਗਾਂ 'ਤੇ ਆਧਾਰਿਤ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।